ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਨੇ, ਤੁਸੀਂ ਦੇਖ ਰਹੇ ਹੋਗੇ ਕਿ ਬਈ ਉਰੇ ਬਾਈ ਨੇ ਸਮਾਨ ਰੱਖ ਰੱਖਿਆ ਕੁਛ, ਜਿਹਦੇ ਵਿੱਚ ਕੁਛ ਕੁ ਤੁਹਾਨੂੰ ਸਾਬਣਾ ਵਾਂਗੂ ਦਿਖ ਰਹੀਆਂ ਨੇ ਚੀਜ਼ਾਂ। ਤੇ ਇਹ ਵੀਡੀਓ ਪਹਿਲਾਂ ਤਾਂ ਜਾਣਕਾਰੀ ਵਾਲੀ ਆ ਬਈ, ਜਿੰਨੇ ਵੀ ਵੀਡੀਓ ਦੇਖ ਰਹੇ ਨੇ, ਇਹ ਵੀਡੀਓ ਤੁਹਾਨੂੰ ਪਸੰਦ ਆਊਗੀ ਤਾਂ ਇੱਕ ਰਿਕੁਐਸਟ ਆ ਬਈ, ਸ਼ੇਅਰ ਕਰ ਦਿਓ ਜੇ ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਬਚਾਉਣੀ ਹੈ। ਹਾਂ ਬਿਲਕੁਲ ਬਾਈ, ਬਿਲਕੁ�ਲ ਬਾਈ। ਹੁਣ ਤੁਸੀਂ ਕਹੋਗੇ ਕਿ ਬਾਈ ਨਿੰਮ ਦੇ ਪੱਤੇ ਵੀ ਰੱਖੀ ਬੈਠਾ ਤੇ ਆਹ ਸਮਾਨ ਰੱਖੀ ਬੈਠਾ, ਬਈ ਤੁਸੀਂ ਇਹਦੀਆਂ ਚੀਜ਼ਾਂ ਦੀਆਂ ਖੂਬੀਆਂ ਸੁਣ ਕੇ ਹੀ ਹੈਰਾਨ ਰਹਿ ਜਾਓਗੇ। ਤੇ ਸਭ ਤੋਂ ਵੱਡੀ ਗੱਲ, 0% ਕੈਮੀਕਲ, ਜੀਰੋ ਨਾ ਦੇ ਬਰਾਬਰ, ਠੀਕ ਹੈ, ਹੈ ਨਹੀਂ ਨਾ ਦੇ ਬਰਾਬਰ ਵੀ ਕੀ ਕਹਿਣਾ, ਹਾਂਜੀ ਹਾਂ, ਬਸ ਹੈ ਨਹੀਂ। ਜਿੰਨਾ ਵੀ ਬਾਈ ਨੇ ਇਹ ਸਮਾਨ ਤਿਆਰ ਕੀਤਾ, ਬਾਈ ਦਾ ਕਹਿੰਦਾ ਚੈਲੰਜ ਲਾ ਲਓ, ਭਰੋਸਾ ਲਾ ਲਓ, ਕੁਛ ਵੀ ਲਾ ਲਓ, ਜਿਵੇਂ ਕਹਿੰਦੇ ਹੁੰਦੇ ਨਾ ਆਪਣਾ ਕਿਸਾਨ ਭਰਾ ਜਦੋਂ ਚੀਜ਼ਾਂ ਤਿਆਰ ਕਰਨ ਲੱਗ ਪਿਆ ਗਿਆ ਨਾ ਮਿਹਨਤ ਨਾਲ, ਜਦੋਂ ਉਹ ਨਿਕਲ ਕੇ ਆਉਂਦੀ ਉਹ 100% ਪਿਓਰ ਹੁੰਦੀ ਹੈ। ਪਹਿਲਾਂ ਤਾਂ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਹੀ ਪੰਜਾਬੀ ਭਰਾਵਾਂ ਦਾ PV13 ਪ੍ਰੋਡਕਸ਼ਨ ਤੇ ਸਵਾਗਤ ਹੈ ਜੀ, ਤੇ ਬਹੁਤ ਬਹੁਤ ਧੰਨਵਾਦ ਬਾਈ ਜੀ। ਜਿਵੇਂ ਤੁਸੀਂ ਨਿੰਮ ਦੇ ਪੱਤੇ ਰੱਖ ਰਹੇ ਨੇ, ਇਹ ਕਿਉਂ ਰੱਖ ਰਹੇ ਨੇ? ਦੇਖੋ ਜੀ, ਇਹ ਚੀਜ਼ਾਂ ਦਿਖਾਉਣ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਇਹ ਕਹਿਣੀਆਂ ਚਾਹੁੰਦਾ ਸਾਰੇ ਪੰਜਾਬੀ ਭਰਾਵਾਂ ਨੂੰ, ਵੀ ਜਿਹੜਾ ਅੱਜ ਜਿੰਨੀ ਦੇਰ ਤੱਕ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੰਜਾਬੀ ਜਾਂ ਕਿਸਾਨੀ ਪ੍ਰੋਡਕਟ ਨੂੰ ਮਤਲਬ ਵੀ ਪਹਿਲ ਨਹੀਂ ਦਿੰਦੇ, ਆਪਣੇ ਪੰਜਾਬ ਨੂੰ ਪਹਿਲ ਨਹੀਂ ਦਿੰਦੇ, ਪੰਜਾਬੀ ਪ੍ਰੋਡਕਟ ਨੂੰ ਪਹਿਲ ਨਹੀਂ ਦਿੰਦੇ, ਜਿੰਨਾ ਚਿਰ ਆਪਾਂ ਮਤਲਬ ਕਿ ਵੀ ਓਵਰ ਫਾਰਮੈਲਿਟੀਆਂ ਦੇ ਵਿੱਚ ਓਵਰ ਵੱਡੀਆਂ ਐਡਾਂ ਦੇ ਸਹਾਰੇ ਨਾਲ ਵੀ ਆਪਾਂ ਮਤਲਬ ਕਿ ਚੀਜ਼ਾਂ ਵਰਤਦੇ ਹਾਂ, ਉਨੀ ਦੇਰ ਤੱਕ ਆਪਣੇ ਆਪਾਂ ਕਹਿੰਦੇ ਹਾਂ ਵੀ ਯਾਰ ਡਾਕਟਰ ਮਹਿੰਗੇ ਹੋ ਗਏ, ਸਾਰਾ ਕੁਛ ਮਹਿੰਗਾ ਹੋ ਗਿਆ, ਮਤਲਬ ਉਹ ਚੀਜ਼ਾਂ ਤੋਂ ਜ਼ਿਆਦਾ ਆਪਾਂ ਨੂੰ ਕੇਅਰ ਵੀ ਕਰਨੀ ਚਾਹੀਦੀ ਆ, ਆਪਾਂ ਨੂੰ ਆਪਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਵੀ ਆਪਾਂ ਖਾ ਕੀ ਲੈ ਰਹੇ ਹਾਂ, ਕਿਉਂਕਿ ਅੱਜ ਦਾ ਇੱਕ ਟ੍ਰੈਂਡ ਇਹ ਹੈ ਵੀ ਯਾਰ ਆਪਾਂ ਫਾਸਟ ਫੂਡ ਖਾ ਰਹੇ ਹਾਂ, ਇੰਨੀਆਂ ਬਿਮਾਰੀਆਂ ਲੱਗ ਰਹੀਆਂ, ਇਹ ਕੋਈ ਮਤਲਬ ਕਿ ਬਹਾਨਾ ਇੱਕ ਬਹਾਨਾ ਇਹ ਨਹੀਂ ਹੈਗਾ ਵੀ ਇਕੱਲਾ ਫਾਸਟ ਫੂਡ ਹੀ ਸਾਰੀਆਂ ਬਿਮਾਰੀਆਂ ਦਾ ਕਾਰਨ ਹੈ, ਖਾ ਰਹੇ ਹਾਂ ਉਹ ਆਪਾਂ ਦੇਖ ਰਹੇ ਹਾਂ ਪਰ ਜੋ ਲਾ ਰਹੇ ਹਾਂ ਉਹ ਆਪਾਂ ਕਦੇ ਵੀ ਨਹੀਂ ਦੇਖਿਆ। ਸਹੀ ਗੱਲ ਹੈ ਵੀਰੇ, ਠੀਕ ਹੈ ਨਾ, ਇਸ ਲਈ ਜੋ ਖਾ ਰਹੇ ਹਾਂ ਪੇਟ ਦੇ ਲਈ ਉਹ ਆਪਾਂ ਬਹੁਤ ਗੌਰ ਨਾਲ ਦੇਖਦੇ ਹਾਂ, ਪਰ ਜੋ ਆਪਾਂ ਲਾ ਰਹੇ ਹਾਂ ਉਹ ਆਪਾਂ ਕਦੇ ਵੀ ਨਹੀਂ ਗੌਰ ਨਾਲ ਦੇਖਿਆ, ਆਪਾਂ ਦੇਖਦੇ ਪਤਾ ਕੀ ਆ ਉਹਦੇ ਵਿੱਚ, ਪੂਰੀ ਮਹਿੰਗੀ ਜਿਹੀ ਐਕਟਰਨੀ ਦੀ ਫੋਟੋ, ਵੀ ਯਾਰ ਇਹ ਇਹ ਬਾਹਲੀ ਘੈਂਟ ਐਕਟਰਨੀ ਆ, ਵੀ ਇਹਨੇ ਬਾਹਲੀ ਤਕੜੀ ਪਿਓਰ ਚੀਜ਼ ਕੱਢੀ ਹੋ। ਨਾਲੇ ਇੱਕ ਚੀਜ਼ ਹੋਰ ਹੈ ਬਈ, ਆਪਾਂ ਚਲੋ ਸਾਰੇ ਜਣੇ ਦੇਖਦੇ ਹਾਂ, ਤੁਸੀਂ ਦੇਖਿਆ ਹੋਊਗਾ, ਚਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ, ਬਟ ਤੁਹਾਡੇ ਅੱਖਾਂ ਦੇ ਸਾਹਮਣੇ ਹੈ ਫਲਾਣਾ ਐਕਟਰ ਕਿਸੇ ਪ੍ਰੋਡਕਟ ਦੀ ਮਸ਼ਹੂਰੀ ਕਰ ਰਿਹਾ, ਭਾਵੇਂ ਉਹ ਜ਼ਿੰਦਗੀ ਦੇ ਵਿੱਚ ਕਦੇ ਨਾ ਵਰਤਦਾ ਹੋਵੇ, ਹਨਾ ਵੀਰੇ, ਨਹੀਂ ਵਰਤਦਾ, ਹਾਂ ਬਿਲਕੁਲ ਵਰਤਦੇ ਨਹੀਂ ਹੈਗੇ ਨਾ, ਪਰ ਉਹ ਆਪਣੇ ਵਰਗਿਆਂ ਨੂੰ ਪਿੱਛੇ ਲਾ ਲੈਂਦੇ ਨੇ, ਆਪਣੇ ਵਰਗੇ ਲਾ ਲੈਂਦੇ ਨੇ ਬਈ ਯਾਰ ਉਹਨੇ ਮਸ਼ਹੂਰੀ ਕਰੀ ਹੈ, ਹਾਂ ਕਵਰੇ ਵਧੀਆ ਹੋਵੇ, ਇਹ ਮਤਲਬ ਕਿ ਵੀ ਇੱਕ ਬਨਾਉਟੀ ਫਾਰਮੈਲਿਟੀ ਆ ਜਿਹੜੀ ਆਪਾਂ ਐਡਾਂ ਦੇ ਸਾਰੇ ਜ਼ਿੰਦਗੀ ਜਿਉਂ ਰਹੇ ਹਾਂ, ਠੀਕ ਹੈ, ਮਤਲਬ ਇਹ ਹੁਣ ਲੋਕ ਕਹਿਣਗੇ ਯਾਰ ਵੀ ਐਡ ਤਾਂ ਤੁਸੀਂ ਵੀ ਕਰ ਰਹੇ ਹੋ, ਪਰ ਮਤਲਬ ਕੀ ਹੈਗਾ ਵੀ ਅਸੀਂ ਤਾਂ ਇੱਕ ਚੀਜ਼ ਨੂੰ ਦੱਸਣ ਵਾਸਤੇ ਵੀ ਭਾਈ ਸਾਡੇ ਕੋਲੇ ਆਹ ਪਿਓਰ ਚੀਜ਼ ਹੈਗੀ, ਪੰਜਾਬ ਦੀ ਚੀਜ਼ ਹੈ, ਠੀਕ ਹੈ ਨਾ, ਹੁਣ ਯਾਨੀ ਕਿ ਵੀ ਜਿੰਨੇ ਗੁਲਾਬ ਦੀਆਂ ਫੁੱਲ ਲੱਗੇ ਹੁੰਦੇ ਆ ਜਾਂ ਦੁੱਧ ਦੀ ਫੋਟੋ ਦਿਖਾਈ ਹੁੰਦੀ ਆ ਜਾਂ ਮੰਨ ਲਓ ਵੀ ਵੱਡੇ ਵੱਡੇ ਕੈਮਲ ਫੁੱਲ ਲੱਗੇ ਹੁੰਦੇ ਆ, ਉਹ ਚੀਜ਼ਾਂ ਲੱਗੀਆਂ ਹੁੰਦੀਆਂ, ਮੈਂ ਕਹਿੰਦਾ ਵੀ ਉਹ ਐਕਟਰਨੀਆਂ ਨੂੰ ਜਾਂ ਐਕਟਰਾਂ ਨੂੰ ਪਤਾ ਵੀ ਨਹੀਂ ਵੀ ਇਹ ਕਿੱਥੇ ਪੈਦਾ ਹੁੰਦੀਆਂ, ਮੈਨੂੰ ਜਿੱਥੇ ਤੱਕ ਇਹ ਲੱਗਦੀਆਂ। ਇੱਕ ਹੋਰ ਚੀਜ਼ ਦੱਸਾਂ ਮੈਂ ਤੁਹਾਨੂੰ ਵੀਰੇ, ਮੈਨੂੰ ਜਿੱਥੇ ਤੱਕ ਆਈਡੀਆ ਹੈ ਉਹ ਵੀ ਸ਼ਾਇਦ ਐ ਨਹੀਂ ਪਤਾ ਕਿਤੇ ਨਾ ਕਿਤੇ ਆਪਦੇ ਘਰੇ ਇਹ ਪ੍ਰੋਡਕਟ ਵਰਤਦੇ ਹੋਣ। ਹਾਂ ਓਲੇ ਚ, ਓਲੇ ਦੇ ਵਿੱਚ ਇਹ ਵਰਤ ਰਹੇ ਆ ਉਹ, ਇਹ ਗਰੰਟੀ ਆ ਓਲੇ ਦੇ ਵਿੱਚ ਇਹ ਚੀਜ਼ਾਂ ਵਰਤ ਰਹੇ ਆ, ਰੀਅਲਟੀ ਵਰਤ ਰਹੇ ਆ, ਓਰੀਜਨਲ ਵਰਤ ਰਹੇ ਆ, ਉਹ ਸਾਰੀਆਂ ਚੀਜ਼ਾਂ ਖਾਣ ਵਾਲੀਆਂ ਜਿੱਡੇ ਵੱਡੇ ਡਾਕਟਰ ਨੇ ਪੰਜਾਬ ਦੇ ਵਿੱਚ ਵੀ, ਜਿਹੜੇ ਤਕੜੇ ਲੋਕ ਨੇ, ਰਿਚ ਲੋਕ ਨੇ, ਜਿਹੜੇ ਮਤਲਬ ਕਿ ਆਪਦੀ ਹੈਲਥ ਨੂੰ ਧਿਆਨ ਚ ਰੱਖਦੇ ਆ, ਠੀਕ ਹੈ ਨਾ, ਦੇਖੋ ਜਿਹੜੇ ਜਦੇ ਹਾਈ ਫਾਈ ਲੋਕ ਨੇ ਉਹ ਇਹ ਚੀਜ਼ਾਂ ਨੂੰ ਵੱਧ ਗੌਰ ਕਰਦੇ ਆ ਵੀ ਯਾਰ ਪੈਸਾ ਵੀ ਕੀ ਕਰੂਗਾ ਜੇ ਆਪਣੇ ਕੋਲ ਜ਼ਿੰਦਗੀ ਨਾ ਰਹੇ। ਸਹੀ ਗੱਲ ਹੈ, ਠੀਕ ਹੈ ਨਾ, ਇਸ ਲਈ
ਤੁਹਾਨੂੰ ਦੇਖਣ ਨੂੰ ਇਹ ਚੀਜ਼ਾਂ ਲੱਗਣਗੀਆਂ ਯਾਰ ਵੀ ਇਹ ਇਹ ਤੁਹਾਨੂੰ ਤੇਲ ਬਣਾਇਆ ਜੀ ਹਾਂ ਨਿੰਮ ਦੇ ਪੱਤਿਆਂ ਤੋਂ ਨਿੰਮ ਦੇ ਹੁਣ ਆਹ ਪੱਤੇ ਮੈਂ ਤਾਂ ਰੱਖੇ ਨੇ ਵੀ ਦੁਨੀਆ ਦੇ ਵਿੱਚ ਨਿੰਮ ਨੂੰ ਡਾਕਟਰ ਕਿਹਾ ਗਿਆ ਹਾਂ ਨਿੰਮ ਤਾਂ ਵੈਸੇ ਵੀ ਗੁਣਕਾਰੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਨਾ ਨਿੰਮ ਅੱਗੇ ਐਂ ਕਰਕੇ ਥੌਲਾ ਕਰਦੇ ਹੁੰਦੇ ਉਹ ਕਹਿ ਦਿੰਦੇ ਯਾਰ ਵੀ ਥੌਲਾ ਥੌਲੇ ਨਾਲੋਂ ਜ਼ਿਆਦਾ ਕੀ ਸੀ ਇਹਦੇ ਵਿੱਚ ਇੰਨੀ ਕੁ ਜਾਣੀ ਕਿ ਤੱਤ ਨੇ ਵੀ ਉਹ ਸਰੀਰ ਦੇ ਬਾਹਰਲੇ ਬੈਕਟੀਰੀਆ ਨੂੰ ਆਪਦੀ ਹਵਾ ਦੇ ਨਾਲ ਹੀ ਖਤਮ ਕਰ ਦਿੰਦਾ ਹਾਂ ਜਿਨ੍ਹਾਂ ਨੂੰ ਮੈਂ ਵੈਸੇ ਤਾਂ ਜਿੰਨੇ ਆਪਣੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੋਊਗਾ ਕਿ ਨਿੰਮ ਕਿੰਨਾ ਗੁਣਕਾਰੀ ਹੈ ਕਿੰਨਾ ਗੁਣਕਾਰੀ ਬਟ ਜੇ ਮੈਂ ਬਈ ਮੇਰੀ ਏਜ ਲਾ ਲੈਣਾ ਮੈਂ ਹਾਂ ਮੇਰੀ ਏਜ ਵਾਲੇ ਕੀ ਸਮਝਦੇ ਨੇ ਯਾਰ ਨਿੰਮ ਵਾਲੀ ਇਹ ਚੀਜ਼ ਹੈ ਯਾਰ ਐਂ ਫਲਾਣਾ ਧਮਕਾਣਾ ਦੇਖੋ ਯਾਰ ਜਿੰਨੇ ਕੁ ਮੇਰੀ ਸੋਚ ਹੈ ਨਾ ਇਹਦੇ ਵਰਗਾ ਬਈ ਨਾ ਤਾਂ ਬੁੱਟਾ ਬਣਿਆ ਨਾ ਹੋਣਾ ਹਾਂ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਵੀ ਨਿੰਮ ਨੂੰ ਦੁਨੀਆ ਦਾ ਡਾਕਟਰ ਕਿਹਾ ਜਾਂਦਾ ਠੀਕ ਹੈ ਨਾ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ ਬਾਈ ਜੀ ਵੀ 12 13 ਸਾਲਾਂ ਤੋਂ ਸ਼ੁਰੂ ਹੋ ਜਾਂਦੇ ਨੇ ਚਿੱਟੇ ਵਾਲ ਆਉਣੇ ਆ ਜਾਂਦੇ ਨੇ ਠੀਕ ਹੈ ਨਾ ਤੇ ਮਤਲਬ ਵੀ 25 26 ਸਾਲ ਵਾਲੇ ਤਾਂ ਅੱਜ ਕੱਲ ਉਹ ਬੁਰਾ ਮੰਨਣ ਨੂੰ ਹਟ ਜਾਂਦੇ ਨੇ ਆਲਾ ਕਹਿੰਦਾ ਉਮਰ ਹੋ ਗਈ ਹਾਂ ਹਾਲਾਂਕਿ ਜਿਹੜੇ ਪਹਿਲਾਂ ਵਾਲੇ ਬਜ਼ੁਰਗ ਸੀ ਪਹਿਲਾਂ ਤੋਂ ਜਿਹੜੇ ਲੋਕ ਇਹ ਚੀਜ਼ਾਂ ਘਰੇਲੂ ਚੀਜ਼ਾਂ ਵਰਤਦੇ ਸੀ ਉਹ 40 40 ਸਾਲ ਜਾ ਕੇ ਆਪਦੇ ਆਪ ਨੂੰ ਬੁੜਾ ਕਹਿਣ ਲੱਗਦੇ 50 ਸਾਲ ਤੇ ਜਾ ਕੇ ਵੀ ਹੁਣ ਬੁੜੇ ਹੋਣੇ ਸ਼ੁਰੂ ਹੋਏ ਆ ਸਹੀ ਗੱਲ ਹੈ ਠੀਕ ਹੈ ਨਾ ਪਰ ਅੱਜ ਦੇ ਟਾਈਮ ਦੇ ਵਿੱਚ ਕੀ ਆ ਆਪਾਂ ਕਹਿੰਦੇ ਨੇ ਪਾਣੀ ਮਾੜੇ ਨੇ ਫਲਾਨਾ ਦੀ ਜੇ ਬਾਈ ਪਾਣੀ ਇੰਨੇ ਮਾੜੇ ਹੋਣ ਧਰਤੀ ਦੇ ਤਾਂ ਵਾਲਾਂ ਨਾਲੋਂ ਪਹਿਲਾਂ ਆਪਣਾ ਸਰੀਰ ਖਾ ਜੇ ਬੰਦੇ ਹੀ ਪਾਣੀ ਦਾ ਰੂਟੀਨ ਚ ਪੀਂਦੇ ਆ ਨਾ ਆਪਾਂ ਪਰ ਇੱਕ ਲੋਕਾਂ ਦਾ ਟੈਗ ਆ ਯਾਰ ਵੀ ਅੱਜ ਕੱਲ ਪਾਣੀ ਮਾੜੇ ਹੋ ਗਏ ਮਾਨਸਾ ਏਰੀਏ ਨੂੰ ਕਹਿੰਦੇ ਨੇ ਪਾਣੀ ਮਾੜਿਆ ਫਿਰ ਪਾਣੀ ਮਾੜੇ ਨਾਲ ਬਾਈ ਅੱਜ ਨੂੰ ਦੁਨੀਆ ਮਰਦੀ ਬਹੁਤ ਲੀਵਰ ਨੂੰ ਵੀ ਖਤਮ ਕਰਦੀ ਪਾਣੀ ਨਹੀਂ ਮਾੜੇ ਜਿੰਨੇ ਕੈਮੀਕਲ ਆਪਾਂ ਸਰੀਰ ਦੇ ਉੱਤੇ ਲਾ ਰਿਹਾ ਉਹ ਮਾੜੇ ਨੇ ਉਹ ਕੋਈ ਗੌਰ ਨਹੀਂ ਕਰਦਾ ਬਾਈ ਜੇ ਮੈਂ ਤੁਸੀਂ ਕਹਿੰਦੇ ਹੋ ਨਿੰਮ ਦਾ ਤੇਲ ਹਾਂ ਇਹ ਤਿਆਰ ਕਿਵੇਂ ਕਰਿਆ ਜੇ ਸਾਰੇ ਜਿੰਨੇ ਵੀਡੀਓ ਦੇਖ ਰਹੇ ਨੇ ਮੇਨ ਤਾਂ ਚੀਜ਼ ਇਹੀ ਹੋਊਗੀ ਹਾਂ ਦੇਖੋ ਬਾਈ ਜੀ ਪਤਾ ਕੀ ਹੈ ਇੱਕ ਤੁਹਾਨੂੰ ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ ਵੀ ਜਿੰਨੇ ਵੀ ਆ ਪ੍ਰੋਡਕਟ ਪਏ ਨੇ ਜਿਵੇਂ ਆਹ ਨਿੰਮ ਦੀ ਸਾਬਣ ਹੈ ਜੀ ਹਾਂ ਠੀਕ ਹੈ ਆਹ ਹੈਗੀ ਆ ਹਲਦੀ ਅਤੇ ਟਮਾਟਰ ਦੀ ਸਾਬਣ ਠੀਕ ਹੈ ਠੀਕ ਹੈ ਬਿਲਕੁਲ ਪਿਓਰ ਚੀਜ਼ ਆ ਜੀ ਤੇ ਇਹ ਹੈਗੀ ਆ ਸੰਤਰੇ ਦੇ ਛਿਲਕੇ ਦੀ ਸਾਬਣ ਠੀਕ ਹੈ ਠੀਕ ਹੈ ਜੀ ਪਿਓਰ ਸੰਤਰੇ ਦੇ ਛਿਲਕੇ ਦੀ ਸਾਬਣ ਆ ਤੇ ਇਹ ਹੈਗੀ ਆ ਜੀ ਕਿਉਂਕਿ ਸਾਡਾ ਬੱਕਰੀ ਪਾਲਣ ਦਾ ਕੰਮ ਨਾਲ ਹੈ ਇਹ ਸਭ ਤੋਂ ਪਹਿਲੀ ਸਾਬਣ ਆਈ ਸੀ ਸਾਡੀ ਬੱਕਰੀ ਦੇ ਦੁੱਧ ਦੀ ਸਾਬਣ ਅੱਛਾ ਬੱਕਰੀ ਦੇ ਦੁੱਧ ਦੀ ਆ ਚਿੱਟੇ ਵਾਲੀ ਜਿਹੜੀ ਹਾਂ ਗੋਟ ਮਿਲਕ ਜਿਹੜੀ ਕਹਿੰਦੇ ਆ ਸਾਬਣੇ ਨੂੰ ਤੇ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਆਪਣੇ ਮਾਤਾਵਾਂ ਬੱਚਿਆਂ ਨੂੰ ਯਾਨੀ ਕਿ ਦੁੱਧ ਨਾਲ ਨਮਾਉਂਦੀਆਂ ਹੁੰਦੀਆਂ ਸੀ ਨਮਾਉਂਦੀਆਂ ਨੇ ਜੀ ਦਹੀਂ ਦੁੱਧ ਨਾਲ ਨਮਾਉਂਦੀਆਂ ਹੁੰਦੀਆਂ ਸੀ ਇਸ ਲਈ ਅੱਜ ਕੱਲ ਨਾ ਤਾਂ ਦੁੱਧੀ ਆ ਇੰਨਾ ਕਿਸੇ ਕੋਲੇ ਨਾ ਹੀ ਮਤਲਬ ਵੀ ਉਹ ਦਹੀਂ ਦੁੱਧ ਨਾਲ ਬੱਚੇ ਨਹਾਉਂਦੇ ਨੇ ਬੱਚੇ ਨੂੰ ਕੀ ਚਾਹੀਦੀ ਆ ਟੈਕਨੀਕਲ ਚੀਜ਼ ਚਾਹੀਦੀ ਹੈ ਇਹਦੇ ਵਿੱਚ ਦੁੱਧ ਐਡ ਹੋ ਗਿਆ ਇਹਦੇ ਵਿੱਚ ਬੱਚੇ ਲਾਉਣਗੇ ਆਟੋਮੈਟਿਕਲੀ ਉਹ ਦੁੱਧ ਨਾਲ ਨਹਾਉਣਗੇ ਸਹੀ ਗੱਲ ਹੈ ਠੀਕ ਹੈ ਜੀ ਇਸ ਲਈ ਇਹ ਹੈਗਾ ਹੁਣ ਜਿਵੇਂ ਜੇ ਤੁਸੀਂ ਮਾੜੀਆਂ ਚੀਜ਼ਾਂ ਤੋਂ ਬਚ ਕੇ ਚੰਗੀਆਂ ਘਰ ਦੀਆਂ ਚੀਜ਼ਾਂ ਵਰਤੋਗੇ ਇਹ ਨਿੰਮ ਦਾ ਤੇਲ ਹੋ ਗਿਆ ਜੀ ਇਹ ਨਿੰਮ ਦੀ ਸਾਬਣ ਹੋ ਤੁਹਾਡਾ ਨਾਮ ਕੀ ਹੈ ਜਸਵਿੰਦਰ ਜਸਵਿੰਦਰ ਬਾਈ ਗੱਲ ਇਹ ਹੈ ਤੁਸੀਂ ਇੱਕ ਚੀਜ਼ ਮੰਨਣੀ ਪਊ ਵੀ 80% ਲੋਕਾਂ ਨੂੰ ਇਹ ਗੱਲ ਦਾ ਨਹੀਂ ਪਤਾ ਹੈਗਾ ਮੇਰੀ ਗਰੰਟੀ ਹੈ ਵੀਡੀਓ ਦੇਖੇ ਤੋਂ ਤੁਹਾਡੇ ਧਿਆਨ 'ਚ ਆਊਗੀ ਗੱਲ ਤਾਂ ਇਹ ਸੱਚੀ ਆ 80% ਲੋਕਾਂ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਜਿਹੜੀ ਸਾਬਣ ਨਾਲ ਆਪਾਂ ਰੋਜ਼ ਨਹਾਉਂਦੇ ਆ ਵੀ ਉਹ ਵਾਲਾਂ ਤੇ ਲਾਉਣ ਦੇ ਯੋਗ ਹੀ ਨਹੀਂ ਹੈਗੀ ਇਹ ਚੀਜ਼ ਤਾਂ ਬਾਈ ਤੁਹਾਡੀ ਮੰਨਣ ਵਾਲੀ ਗੱਲ ਹੈ ਹੁਣ ਮੰਨ ਕੇ ਚੱਲ ਆਪਾਂ ਕੋਈ ਵੀ ਸਾਬਣ ਲੈਣੇ ਆ ਅਗਲਾ ਕਹਿੰਦਾ ਵਾਲਾਂ ਤੇ ਨਾ ਲਾਈ ਕੱਲੇ ਪਿੰਡੇ ਦੇ ਲਾ ਲਈ ਕੁਛ ਕੁ ਸਾਬਣਾਂ ਦੇ ਨਾ ਕੱਲੇ ਵਾਲਾਂ ਦੇ ਲਾ ਲਈ ਪਿੰਡੇ ਦੇ ਨਾਲ ਲਾਈ ਪਿੰਡੇ ਦੇ ਨਾਲ ਕਿਉਂਕਿ ਜਿਨ੍ਹਾਂ ਦੇ ਵੱਡੇ ਵਾਲ ਨੇ ਕੇਸੀ ਨਹਾਉਂਦੇ ਨੇ ਉਹ ਤਾਂ ਦਹੀਂ ਲੱਸੀ ਨਾਲ ਜਾਂ ਸ਼ੈਂਪੂ ਨਾਲ ਨਹਾਉਂਦੇ ਆ ਠੀਕ ਹੈ ਨਾ ਪਰ ਜਿਹੜੇ ਮੇਰੇ ਵਰਗੇ ਮੋਨੇ ਆਪਾਂ ਬੈਠੇ ਆ ਆਪਾਂ ਰੁਟੀਨ 'ਚ ਸਾਰੀ ਫੁੱਲ ਬਾਡੀ ਤੇ ਸਾਬਣ ਲਾਉਂਦੇ ਆ ਫੁੱਲ ਬਾਡੀ ਤੇ ਜਿਹੜੀ ਲਕਸ ਸਾਬਣ ਹੈ ਸੌਰੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿਹੜੀਆਂ ਬਾਜ਼ਾਰੂ ਸਾਬਣਾਂ ਨੇ ਉਹ ਸਾਬਣ ਫੁੱਲ ਬਾਡੀ ਤੇ ਲਾਉਣ ਦੇ ਯੋਗ ਹੀ ਨਹੀਂ ਵਾਲਾਂ ਤੇ ਤਾਂ ਉਹ ਲਾਉਣ ਦੇ ਯੋਗ ਹੀ ਨਹੀਂ ਇਸੇ ਕਰਕੇ ਜਦੋਂ ਉਹ ਯੋਗ ਨਹੀਂ ਹੈਗੀਆਂ ਤਾਂ ਫਿਰ ਉਹ ਵਾਲ ਆਪਣੇ ਆਪ ਹੀ ਚਿੱਟੇ ਹੋਣੇ ਆ ਜਿਹੜੀ ਚੀਜ਼ ਆਪਣੇ ਵਾਲਾਂ ਵਾਸਤੇ ਨਹੀਂ ਬਣੀ ਉਹ ਵਾਲਾਂ ਤੇ ਲਾਵਾਂਗੇ ਤੇ ਵਾਲ ਚਿੱਟੇ ਹੋਣਗੇ ਜਿਹੜੀ ਚੀਜ਼ ਆਪਣੇ ਫੁੱਲ ਬਾਡੀ ਤੇ ਲਾਉਣ ਦੇ ਲੋੜ ਨਹੀਂ ਆਹ ਜ਼ਰੂਰਤ 'ਚ ਨਹੀਂ ਉਹ ਲਾਵਾਂਗੇ ਤਾਂ ਉਹ ਵੀ ਗਲਤ ਇਫੈਕਟ ਕਰੂਗੀ ਇਸ ਲਈ
ਜਿਹੜੀ ਨਿੰਮ ਦੀ ਸਾਬਣ ਹੈ ਇਹਨੂੰ ਇੱਕ ਐਲੋਵੀਰਾ ਹੋਈ ਇੱਕ ਨਿੰਮ ਹੋਇਆ, ਜਿਹੜੇ ਮਰਜ਼ੀ ਜਾਣਕਾਰ ਬੰਦੇ ਨਾਲ ਡਾਕਟਰ ਨਾਲ ਗੱਲ ਕਰ ਲਿਓ, ਨਿੰਮ ਦੀ ਤੇ ਐਲੋਵੀਰਾ ਦੀ ਸਾਬਣ ਸਿਰ ਤੇ ਲਾਉਣ ਦੇ ਯੋਗ ਹੈ। ਸਹੀ ਗੱਲ, ਠੀਕ ਹੈ। ਇਹ ਤਾਂ ਐਲੋਵੀਰਾ ਤਾਂ ਲੋਕ ਵੈਸੇ ਵੀ ਆਪਣੀ ਸਕਿਨ ਨੂੰ ਹਨਾ ਵਧੀਆ ਕਰਨ ਵਾਸਤੇ ਲਾ ਲੈਂਦੇ ਆ, ਵਧੀਆ ਕਰਨ ਵਾਸਤੇ ਲਾਉਂਦੇ ਆ, ਠੀਕ ਹੈ ਜੀ। ਇਸ ਕਰਕੇ ਉਸੇ ਤਰ੍ਹਾਂ ਹੀ ਹੁਣ ਜੇ ਤੁਸੀਂ ਨਿੰਮ ਦੀ ਸਾਬਣ ਸਿਰ ਤੇ ਲਾਓਗੇ ਇੱਕ ਤਰ੍ਹਾਂ ਦਾ ਕੇਸੀ ਨਾ ਰਹੇ, ਫੁੱਲ ਬੋਡੀ ਲਈ ਯੂਜ਼ ਹੈ ਇਹ, ਪੂਰੀ ਫੁੱਲ ਬੋਡੀ ਲਈ, ਠੀਕ ਹੈ। ਉਦੋਂ ਬਾਅਦ ਤੁਸੀਂ ਨਿੰਮ ਦਾ ਹੀ ਤੇਲ ਲਾਓਗੇ, ਬਾਈ ਦੱਸੋ ਕਿਵੇਂ ਬੈਕਟੀਰੀਆ ਆ ਜੂ ਸਰੀਰ। ਇਹ ਤਾਂ ਗੱਲ ਬਈ ਤੁਹਾਡੀ ਸਹੀ ਆ ਨਾ, ਠੀਕ ਹੈ ਨਾ। ਮੰਨ ਕੇ ਚਲੋ ਜਿਵੇਂ ਆਹ ਤੇਲ ਆ ਬਾਈ, ਨਿੰਮ ਦਾ ਬਾਈ ਕਹਿੰਦਾ ਫੁੱਲ 100% ਪਿਓਰ ਹੈ, 101% ਪਿਓਰ ਆ ਬਾਈ ਜੀ। ਜਿਹੜੀ ਮਰਜ਼ੀ ਬੰਦਾ ਲੈਬ 'ਚੋਂ ਟੈਸਟ ਕਰਾ ਲਏ ਯਾਰ, ਵੀ ਮਤਲਬ ਵੀ ਇੰਨੀ ਪਿਓਰਿਟੀ ਹੈ, ਇੱਕ ਮਤਲਬ ਕਿ ਬੈਕਟੀਰੀਆ ਖਤਮ ਕਰਨ ਵਾਸਤੇ ਮਾਰਕੀਟ ਦੇ ਵਿੱਚ ਡਟੋਲ ਆਈ ਹੋਈ ਆ, ਤੁਸੀਂ ਨਹਾਉਣ ਤੋਂ ਪਹਿਲਾਂ ਉਹ ਡਟੋਲ ਦਾ ਤੁਪਕਾ ਪਾਣੀ ਦੇ ਵਿੱਚ ਪਾਉਂਦੇ ਹੋ, ਤਾਂ ਇੱਕ ਡ੍ਰੌਪ ਨਿੰਮ ਦੇ ਤੇਲ ਦਾ ਪਾ ਲਓ, ਪੂਰੇ ਪਾਣੀ ਨੂੰ ਫਿਲਟਰ ਕਰ ਦਿਓ। ਸਹੀ ਗੱਲ, ਪੂਰੇ ਬਾਡੀ ਨੂੰ ਤੁਸੀਂ ਜਿੰਨਾ ਵੀ ਬੈਕਟੀਰੀਆ ਉਹ ਪਾਣੀ ਦੇ ਵਿੱਚ ਹਲਾ ਲਓ ਉਹਨੂੰ, ਉਹਦੇ ਨਾਲ ਨਹਾਓ ਬਾਈ ਜੀ। ਸਕਿਨ ਪ੍ਰੋਬਲਮ ਇੱਕ ਪ੍ਰਕਾਰ ਕਿਸੇ ਪ੍ਰਕਾਰ ਦੀ ਆਉਂਦੀ ਨਹੀਂ, ਨਾ ਦੱਦ ਆਵੇ, ਨਾ ਖੁਸ਼ਕੀ ਆਵੇ, ਨਾ ਤੁਹਾਡੇ ਸ਼ਿਕਰੀ ਪਵੇ, ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ। ਮੁੱਕਦੀ ਗੱਲ ਬਾਈ, ਇੱਕ ਚੀਜ਼ ਹੋਰ ਹੈ, ਜਿੰਨਾ ਵੀ ਬਾਈ ਸਮਾਨ ਤਿਆਰ ਕਰਦਾ, ਹਾਂਜੀ, ਪਹਿਲੀ ਗੱਲ ਤਾਂ ਬਾਈ ਹੈਗਾ ਪਿੰਡ ਤੋਂ, ਬਿਲਕੁਲ ਬਾਈ ਜੀ, ਠੀਕ ਹੈ। ਲੌਂਗੋਵਾਲ ਲਵੇ ਪੈਂਦਾ ਆਪਣੇ ਹਨਾ, ਹਾਂ, ਲੌਂਗੋਵਾਲ ਖਾਸ ਹੈ ਜੀ ਆਪਣਾ, ਪਿੰਡ ਆ ਲੌਂਗੋਵਾਲ, ਲੌਂਗੋਵਾਲ ਪਿੰਡ ਹੀ ਹੈ, ਪਿੰਡ ਆ ਪ੍ਰੋਪਰ ਆ। ਤੇ ਦੂਜੀ ਗੱਲ, ਜਿੰਨਾ ਬਾਈ ਨੇ ਸਮਾਨ ਕਰਿਆ ਆਪਣੇ, ਕਹਿੰਦੇ ਬਈ ਜਿਵੇਂ ਕਹਿੰਦੇ ਬਈ ਜੜੀ ਬੂਟੀਆਂ ਤੋਂ ਤਿਆਰ ਕਰਾਇਆ ਸਮਾਨ, ਹਨਾ ਬਈ, ਬਿਲਕੁਲ ਬਾਈ ਜੀ, ਬਿਲਕੁਲ। ਹੁਣ ਗੋਟ ਮਿਲਕ ਦੀ ਸਾਬਣ ਆ ਬਾਈ ਜੀ, ਜਿਹੜੇ ਗਾਹਕ ਸਾਡੇ ਫਿੱਟ ਨੇ, ਜਿਹੜੇ ਗਾਹਕ ਸਾਡੇ ਚੱਲ ਰਹੇ ਨੇ, ਉਹ ਮਤਲਬ ਹਰਿਆਣੇ ਤੋਂ ਰਾਜਸਥਾਨ ਤੋਂ ਵੀ ਉਰੇ ਸਾਬਣ ਲੈਣ ਆਉਂਦੇ ਆ। ਅੱਛਾ, ਐਡੀ ਦੂਰੋਂ, ਐਡੀ ਦੂਰੋਂ ਸਾਬਣ ਲੈਣ ਆਉਂਦੇ ਆ। ਸਿਰਫ ਸਾਬਣ ਦਾ ਇਕੱਲਾ ਹੋ, ਇੱਕ ਚੀਜ਼ ਹੋ ਰਹਿਣਾ ਵੀਰੇ, ਜਿਵੇਂ ਇਹ ਇਦਾਂ ਦੇ ਪ੍ਰੋਡਕਟ ਕੋਈ ਬੰਦਾ ਯੂਜ਼ ਕਰਨ ਲੱਗ ਗਿਆ, ਮੈਂ ਇੱਕ ਐਗਜ਼ਾਮਪਲ ਕਹਿੰਦਾ ਨਾਰਮਲ ਜੀ ਹਨਾ ਜ਼ਿੰਦਗੀ ਦੀ, ਇੱਕ ਵਾਰੀ ਬੰਦਾ ਲੱਗ ਗਿਆ ਉਹਨੂੰ, ਲੱਗ ਗਿਆ ਪਤਾ ਵੀ ਇਹ ਚੀਜ਼ ਕੰਮ ਦੀ ਆ ਬਈ, ਉਹ ਭਾਵੇਂ 1000 ਕਿਲੋਮੀਟਰ ਦੂਰ ਬੈਠਾ ਹੋਵੇ ਲੈ ਕੇ ਜਾਊ, ਉਹਨੂੰ ਜੇ ਰਿਜ਼ਲਟ ਇਹਦਾ ਵਧੀਆ ਲੱਗਿਆ, ਕੋਈ ਸਾਈਡ ਇਫੈਕਟ ਨਹੀਂ ਲੱਗਿਆ, ਠੀਕ ਹੈ, ਉਹ ਲੈ ਕੇ ਜਾਊਗਾ 100%। ਮੈਂ ਇਹ ਵੀਡੀਓ ਅੱਜ ਪਹਿਲੀ ਗੱਲ ਤਾਂ ਤੁਹਾਨੂੰ ਜਾਣਕਾਰੀ ਵਾਸਤੇ ਬਣਾ ਰਿਹਾ, ਲੈਣੀ ਨਾ ਲੈਣੀ ਉਹ ਗੱਲ ਦੇਖੋ ਬਿਲਕੁਲ ਅਲੱਗ ਹੈ, ਦੇਖੋ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੁੰਦਾ ਜੀ, ਉਹਦੀ ਇੱਛਾ ਹੁੰਦੀ ਹੈ। ਉਸ ਤੋਂ ਬਾਅਦ ਬਾਈ ਜੀ ਆਹ ਸਾਬਣ ਦਿਸ ਰਹੀ ਹੈ ਨਾ ਤੁਹਾਨੂੰ, ਇਹ ਜਿਹੜੇ ਸੰਤਰੇ ਦੇ ਛਿਲਕੇ ਬੇਅਰਥ ਜਾਂਦੇ ਆ, ਠੀਕ ਆ, ਕਿਉਂਕਿ ਕਿਸਾਨ ਉਨੀ ਦੇਰ ਤੱਕ ਕਾਮਯਾਬ ਨਹੀਂ ਜਿੰਨੀ ਦੇਰ ਤੱਕ ਉਹ ਪ੍ਰੋਡਕਟਾਂ ਤੇ ਨਹੀਂ ਆਉਂਦਾ, ਚਾਹੇ ਦੁੱਧ ਲਾ ਲਓ, ਚਾਹੇ ਡੈਰੀ ਫਾਰਮ ਲਾ ਲਓ, ਚਾਹੇ ਗੋਟ ਫਾਰਮ ਲਾ ਲਓ, ਚਾਹੇ ਤੁਸੀਂ ਖੇਤੀਬਾੜੀ ਲਾ ਲਓ, ਠੀਕ ਹੈ, ਜਦੋਂ ਤੁਸੀਂ ਆਪਣੇ ਤਿਆਰ ਕਰੇ ਹੋਏ ਫਸਲ ਤੋਂ ਆਪਦੇ ਪ੍ਰੋਡਕਟ ਬਣਾਓਗੇ, ਤਾਂ ਉਦੋਂ ਤੁਸੀਂ ਉਹਨੇ ਮੈਂ ਛਿਲਕਾ ਅਸੀਂ ਖਰੀਦਦਾਰੀ ਕਰਦੇ ਹਾਂ, ਛਿਲਕੇ ਦੀ ਖਰੀਦਦਾਰੀ ਕਰਕੇ ਤਾਂ ਛਿਲਕੇ ਦੀ ਖੁਸ਼ਬੂ ਇੱਕ ਹੋਰ ਗਰੰਟੀ ਆ, ਜਿਹੜੀ ਤੁਸੀਂ ਖੁਸ਼ਬੂ ਲੈ ਰਹੇ ਹੋ ਇਹਦੇ ਵਿੱਚ ਕੋਈ ਫਰੈਗਰੈਂਸ ਨਹੀਂ। ਜੇ ਕੋਈ ਬੰਦਾ ਫਰੈਗਰੈਂਸ ਜਾਂ ਬਨਾਉਟੀ ਖੁਸ਼ਬੂ ਸਾਬਤ ਕਰਦੇ ਤਾਂ ਉਹਦੇ ਦੇਣਦਾਰ ਬੈਠਿਆ ਬਾਈ ਜੀ, ਬਾਈ 10 ਗੁਣਾ ਜੁਰਮਾਨਾ ਦੇਵਾ। ਇੱਕ ਚੀਜ਼ ਹੋਰ ਹੈ, ਚਲੋ ਹਨਾ ਆਪਣੀ ਵੀਡੀਓ ਦੇਖ ਰਹੇ ਨੇ, ਤੋਂ ਕਈ ਵੀਰਾਂ ਨੂੰ ਸਿੱਖਣ ਨੂੰ ਵੀ ਮਿਲੂਗਾ, ਹਾਂਜੀ, ਕਿ ਅਸੀਂ ਵੀ ਇਦਾਂ ਦਾ ਕੰਮ ਤੋਰ ਲਈਏ। ਬਿਲਕੁਲ, ਜੇ ਕਿਸੇ ਮੇਰੇ ਵੀਰ ਨੇ ਤੁਹਾਡੇ ਨਾਲ ਜੁੜ ਕੇ ਕੰਮ ਕਰਨਾ ਜੀ, ਇੱਛੁਕ ਹੁੰਦੇ ਨੇ ਕਈ ਵਾਰੀ, ਤਾਂ ਵੀ ਆਪਣੇ ਪ੍ਰੋਡਕਟ ਉਹ ਲੈ ਸਕਦੇ ਨੇ। ਹਾਂ, ਬਹੁਤ ਵਧੀਆ ਗੱਲ ਕਰੀਏ ਜੀ, ਤੁਸੀਂ ਕਿੰਨੇ ਵੀ ਸੱਜਣ ਹੈ, ਦੇਖੋ ਮੈਂ ਇਹ ਪ੍ਰੋਡਕਟ ਹੈ ਜਿਹੜੇ ਇਕੱਲਾ ਤਾਂ ਸਾਰੇ ਕਿਤੇ ਨਹੀਂ ਭੇਜ ਸਕਦਾ, ਜਿਹੜੇ ਪਿੰਡਾਂ ਦੇ ਵਿੱਚ ਸੱਜਣ ਬੈਠੇ ਨੇ, ਦੁਕਾਨਾਂ ਤੇ ਬੈਠੇ ਨੇ, ਸ਼ਹਿਰਾਂ ਦੇ ਵਿੱਚ ਸੱਜਣ ਬੈਠੇ ਨੇ, ਠੀਕ ਹੈ ਜੀ, ਜਿਹੜੇ ਦੇਸੀ ਚੀਜ਼ਾਂ ਨੂੰ ਪਿਆਰ ਕਰਦੇ ਆ, ਘਰ ਦੀਆਂ ਬਣੀਆਂ ਚੀਜ਼ਾਂ ਨੂੰ ਪਿਆਰ ਕਰਦੇ ਆ, ਉਹ ਜ਼ਰੂਰ ਆਪਣਾ ਬਿਜ਼ਨਸ ਵੀ ਕਰ ਸਕਦੇ ਆ। ਇੰਨੀ ਕੁ ਗਰੰਟੀ ਹੈ ਸਾਡੀ ਵੀ ਜੋ ਤੁਹਾਨੂੰ ਕੰਪਨੀ ਦੀਆਂ ਸਾਬਣਾਂ ਤੋਂ ਪ੍ਰੋਫਿਟ ਮਿਲਦਾ ਉਹ ਤੋਂ ਜ਼ਿਆਦਾ ਪ੍ਰੋਫਿਟ ਅਸੀਂ ਦੇਵਾਂਗੇ, ਜਿੰਨਾ ਵੀ ਮਿਲਦਾ ਇਮਾਨਦਾਰੀ ਨਾਲ ਦੱਸ ਦਿਓ, ਉਹ ਤੋਂ ਅਸੀਂ 1 ਗੁਣਾ ਵੱਧ ਹੀ ਦੇਵਾਂਗੇ। ਤੇ ਬਾਈ ਤੁਸੀਂ ਸਾਬਣਾ ਵੀ ਦੇਖ ਲਓ, ਆਹ ਖੜੀ ਹੈ ਸੰਗਤਰੇ ਦੀ, ਆਹ ਪਈ ਹੈ ਨਿੰਮ ਦੀ, ਆਹ ਪਈ ਹੈ ਦੁੱਧ ਦੀ, ਤੇ ਆਹ ਇਹ ਬਾਈ ਜੀ ਇਹ ਨਾ ਜਦੋਂ ਅੱਗੇ ਪੁਰਾਣੇ ਟਾਈਮ ਦੇ ਵਿੱਚ
ਬਟਣਾ ਨਹੀਂ ਮਲਦੇ ਸੀ। ਹਾਂ 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 ਜਦੋਂ ਵਿਆਹ ਹੁੰਦਾ ਬਟਣਾ ਮਲਦੇ ਹਲਦੀ ਨਾਲ, ਹਲਦੀ ਨਾਲ। ਜੇ ਹੁਣ ਰੂਟੀਨ ਚ ਕਹੀਏ ਬਟਣਾ, ਬਟਣਾ ਤਾਂ ਵਿਆਹ ਵਾਲੇ ਤੇ ਨਹੀਂ ਮਲਦੇ ਆ, ਉਦੋਂ ਅੱਗੇ ਜਿਹੜੇ ਸਾਡੇ ਅਨਪੜ੍ਹ ਮੁੰਡੇ ਨਹਾਉਂਦੇ ਘੱਟ ਹੁੰਦੇ ਪੰਜਾਬੀ ਬੰਦੇ, ਕੰਮ ਧੰਦੇ ਚ ਵੱਧ ਬਿਜੀ ਰਹਿੰਦੇ, ਤਾਂ ਉਹਦਾ ਹਲਦੀ ਨਾਲ ਇੱਕ ਦਿਨ ਚ ਮੈਲ ਲਾ ਜਾਂਦੇ ਉਹਦੀ ਬਟਣਾ ਕਰਕੇ। ਇਸੇ ਲਈ ਇਹ ਰੂਟੀਨ ਦਾ ਬਟਣਾ, ਇਹਨੂੰ ਬਟਣਾ ਯੂਜ਼ ਵੀ ਕਹਿ ਸਕਦੇ ਹਾਂ ਆਪਾਂ। ਤੁਸੀਂ ਡੇਲੀ ਨਹਾਓ, ਹਲਦੀ ਅਤੇ ਟਮਾਟਰ ਇਹਦੇ ਵਿੱਚ ਮਿਕਸ ਕੀਤਾ ਹੋਇਆ, ਠੀਕ ਹੈ ਜੀ, ਜਿਹੜੀ ਮਰਜ਼ੀ ਲੈਬ ਤੇ ਲੈ ਜਾਓ। ਇਹਦੇ ਵਿੱਚ ਜੇ ਕੋਈ ਰੰਗ, ਇੱਕ ਗਰੰਟੀ ਆ ਵੀ ਜਿਹੜੀ ਮਰਜ਼ੀ ਸਾਬਣ ਚੈੱਕ ਕਰ ਲਓ ਸਾਡੀ, ਬਾਈ ਆਪਾਂ ਕਹਿੰਦੇ ਨੇ ਨਾ ਵੀ ਕੈਮੀਕਲ ਰੰਗ ਪਾ ਦਿਓ ਯਾਰ, ਸੋਹਣੇ ਬਣਗੇ, ਸੋਹਣੇ ਬਣ। ਤੁਸੀਂ ਯਾਰ ਇਮਾਨਦਾਰੀ ਨਾਲ ਕਹੋ, ਬਾਏ ਗੋਡ ਮੈਂ ਆਪਦੇ ਰੁਜ਼ਗਾਰ ਤੇ ਬੈਠਾ ਯਾਰ, ਕੁਦਰਤੀ ਰੰਗ ਇੰਨੇ ਪਿਆਰੇ ਹੁੰਦੇ ਆ ਨਾ, ਮੈਂ ਆਹ ਸਾਰੇ ਕੁਦਰਤੀ ਰੰਗ ਆ ਬਾਈ। ਇਹ ਮਤਲਬ ਬਾਈ ਨੇ ਨਾ ਮੁੱਖ ਇਹ ਕਹਿੰਦਾ ਕਿ ਮੈਂ ਇਹਦੇ ਵਿੱਚ ਰੰਗ ਕਰਨ ਵਾਸਤੇ ਕੋਈ ਮਿਲਾਵਟ ਨਹੀਂ ਕਰੀ। ਹਾਂ, ਜਿਵੇਂ ਆਪਣਾ ਸੰਕਰਾ ਹੋ ਗਿਆ, ਹਾਂ ਰੰਗ ਆ ਗਿਆ, ਇਹ ਉਹਦਾ ਰੰਗ ਹੈ। ਹੁਣ ਆਪਾਂ ਹਲਦੀ ਦਾ ਰੰਗ ਦੇਖ ਲਓ, ਇਹ ਜਿਹਾ ਹੁੰਦਾ ਇਹ ਹਲਦੀ ਰੰਗ, ਵੀ ਇਹ ਸੋਹਣੇ ਬਹੁਤ ਹੁੰਦੇ ਨੇ। ਹਾਂ, ਇਹਨੂੰ ਹੋਰ ਸੋਹਣਾ ਬਣਾਉਣ ਵਾਸਤੇ ਚ ਰੰਗ ਨਹੀਂ ਮਿਲਾਇਆ, ਕਿਉਂਕਿ ਇਹਦੇ ਆਪਦੇ ਹੀ ਰੰਗ ਬਹੁਤ ਸੋਹਣਾ ਹੈ। ਕੁਦਰਤ ਦੇ ਰੰਗ ਬਹੁਤ ਘੈਂਟ ਨੇ, ਹੁਣ ਆ ਨਿੰਮ ਦਾ ਗ੍ਰੀਨ ਗ੍ਰੀਨ ਕਲਰ ਹੈ, ਆ ਦੇਖੋ ਤੁਸੀਂ ਨਿੰਮ ਦੇ ਪੱਤੇ ਦੇ ਨਾਲ ਬਿਲਕੁਲ ਮਿਲਦਾ ਜੁਲਦਾ ਕਲਰ ਹੈ। ਤਾਂ ਬਾਈ ਜੀ 101% ਮੈਂ ਕਹਿੰਦਾ ਵੀ ਜੋ ਮਰਜ਼ੀ ਜੁਰਮਾਨਾ ਲਾ ਦਿਓ, ਜੇ ਬੰਦਾ ਮੇਰੀ ਸਾਬਣ ਦੇ ਵਿੱਚ ਕੋਈ ਰੰਗ ਸਾਬਤ ਕਰ ਦੇ ਬੱਲੇ ਵੀ ਯਾਰ ਇਹਨੇ ਹਰਾ ਰੰਗ ਪਾਇਆ ਹੋਊ, ਜਾਂ ਇਹਨੇ ਔਰੇਂਜ ਰੰਗ ਪਾਇਆ ਹੋਊ, ਜਾਂ ਇਹਨੇ ਆਹ ਲਾਲ ਰੰਗ ਪਾਇਆ ਹੋਊ ਟਮਾਟਰ ਵਾਲਾ, ਠੀਕ ਹੈ, ਕੋਈ ਵੀ ਬੰਦਾ ਜੇ ਰੰਗ ਸਾਬਤ ਕਰ ਦੇ ਤਾਂ ਮਤਲਬ ਕਿ ਬਾਈ ਜੋ ਮਰਜ਼ੀ ਡੰਡ ਦੇ ਦਿਓ। ਲਓ ਬਾਈ ਮਿੱਤਰੋ, ਜੇ ਕਿਸੇ ਨੇ ਦੇਖੋ ਖਰੀਦਣੀ ਨਾ ਖਰੀਦਣੀ ਤੁਹਾਨੂੰ ਮੈਂ ਬਰੋ ਫੇਰ ਕਹਿੰਦਾ, ਤੁਹਾਡੀ ਪਹਿਲੀ ਗੱਲ ਹੈ, ਜੇ ਕਿਸੇ ਮੇਰੇ ਵੀਰ ਨੇ ਇਦਾਂ ਦੇ ਪ੍ਰੋਡਕਟ ਲੈਣੇ ਨੇ ਜਾਂ ਕੰਮ ਤੋਰਨਾ ਹਨਾ ਇਹਦੇ ਨਾਲ, ਕਿਰਤੀ ਵਾਲਾ ਬਾਈ ਆ ਬਾਈ, ਮਤਲਬ ਸ਼ੁਰੂਆਤੀ ਲਾ ਲਓ, ਕਿਸਾਨ ਭਾਈ ਆਪਣਾ ਵੀਰ ਹੈ ਜਿਹੜਾ ਕਿ ਇਕੱਲੀ ਖੇਤੀਬਾੜੀ ਦੇ ਨਾਲ ਨਹੀਂ, ਉਹ ਕਹਿੰਦਾ ਵੀ ਖੇਤੀਬਾੜੀ ਜਿਹੜੀ ਆਪਾਂ ਫਸਲਾਂ ਲਾਉਂਦੇ ਹਾਂ ਜਾਂ ਹੋਰ ਆਪਣੇ ਆਲੇ ਦੁਆਲੇ ਚੀਜ਼ਾਂ ਨੇ, ਉਦੋਂ ਕੰਮ ਵੀ ਸ਼ੁਰੂ ਕੀਤਾ ਜਾ ਸਕਦਾ। ਬਿਲਕੁਲ ਬਾਈ ਜੀ, ਸਕਰੀਨ 'ਤੇ ਬਾਈ ਨੰਬਰ ਆਪਾਂ ਉੱਪਰਲੇ ਪਾਸੇ ਤੁਹਾਨੂੰ ਦਿਖ ਰਿਹਾ ਉਹ ਚੱਲ ਰਿਹਾ ਹੋਊਗਾ, ਬਾਈ ਦਾ ਪਿੰਡ ਹੈਗਾ ਲੌਂਗੋਵਾਲਾ, ਤੁਸੀਂ ਉਰੇ ਆਉਣਾ ਹੈ ਭਾਵੇਂ ਉਰੇ ਬਹਿ ਕੇ ਘੰਟਾ ਬਾਈ ਨਾਲ ਗੱਲ ਕਰ ਲਓ, ਸਮਝ ਲਓ ਚੰਗੀ ਤਰ੍ਹਾਂ, ਉਦੋਂ ਬਾਅਦ ਕੋਈ ਮਨ ਬਣਦਾ ਠੀਕ ਹੈ, ਨਹੀਂ ਕੋਈ ਧੱਕਾ ਕਿਸੇ ਮੇਰੇ ਵੀਰ ਨਾਲ ਨਹੀਂ। ਤੇਲ ਹਰ ਤਰ੍ਹਾਂ ਦਾ ਤੇ ਸਾਬਣਾ ਹਰ ਤਰ੍ਹਾਂ ਦੇ ਹਨਾ ਵੀਰੇ, ਬਾਹਰ ਨਿੰਮ ਦਾ ਤੇਲ ਬਾਈ ਜੀ ਕਿਸੇ ਦੇ ਵਾਲ ਝੜਦੇ ਹੁਣ ਗਰੰਟੀ, ਜਮਾਂ ਮਤਲਬ ਵੀ ਵਾਲ ਝੜਦੇ ਹੁਣ ਜਾਂ ਸ਼ਿਕਰੀ ਹੋਵੇ ਜਾਂ ਮਤਲਬ ਕਿ ਫੰਗਸ ਪ੍ਰੋਬਲਮ ਹੋਵੇ ਜਾਂ ਮਤਲਬ ਕਿ ਵੀ ਕਈ ਵਾਰ ਵਾਲਾਂ ਤੇ ਕੀੜਾ ਲੱਗਿਆ ਹੁੰਦਾ ਜਿਹਦੇ ਨਾਲ ਦਾੜੀ ਦੇ ਵਾਲ ਜਾਂ ਸਿਰ ਦੇ ਝੜਦੇ ਹੁੰਦੇ ਆ, ਮੈਂ ਕਹਿੰਦਾ ਬਾਈ ਜੀ ਪੈਸੇ ਨਾ ਦਿਓ ਜੇ ਨਾ ਕੰਮ ਕਰੇ, ਲੈ ਇੰਨੀ ਗਰੰਟੀ ਆ। ਬਾਕੀ ਕਹਿੰਦਾ ਬਾਈ ਪਹਿਲਾਂ ਪੈਸੇ ਨਾ ਦਿਓ, ਭਾਵੇਂ ਇੱਕ ਊਂ ਵਰਤ ਲਓ, ਊਂ ਵਰਤ ਲਓ, ਠੀਕ ਹੈ। ਕੀੜੇ ਵਾਲਿਆਂ ਦੇ ਤਾਂ ਇੰਨਾ ਜ਼ਿਆਦਾ ਰਿਜ਼ਲਟ ਆ ਬਾਈ, ਬਹੁਤ ਮੁੰਡੇ ਸਾਡੇ ਕੋਲ ਪ੍ਰੈਕਟੀਕਲੀ ਅਸੀਂ ਵੀਡੀਓ ਪਾਵਾਂਗੇ, ਠੀਕ ਹੈ, ਬਹੁਤ ਮੁੰਡੇ ਜਿਹੜੇ ਠੀਕ ਹੋਏ ਉਹਨਾਂ ਨੂੰ ਸਾਹਮਣੇ ਲਿਆਵਾਂਗੇ, ਠੀਕ ਹੈ ਜੀ। ਆਹ ਇੱਕ ਲੇਡੀਜ਼ ਦੀ ਅੜੀਸਰ ਸਾਹਿਬ ਦੇ ਵਿੱਚ ਹੱਥਾਂ ਤੇ ਪੂਰਾ ਉਹਦੇ ਨਾਲ ਬਲੱਡ ਨਿਕਲਦਾ ਕੰਮ ਕਰਕੇ, ਵਿਆਹੀਆਂ ਵਾੜ ਜਾਣੇ, ਆਹ ਸਾਬਣ ਦੇ ਨਾਲ ਹੱਥ ਬਾਈ ਜੀ ਅੱਜ ਓਕੇ ਆ ਉਹਦੇ, ਕੈਮੀਕਲ ਨਹੀਂ ਹੈਗਾ, ਨੈਚੁਰਲ ਚੀਜ਼ ਹੈ, ਨੈਚੁਰਲ ਚੀਜ਼ ਦਾ ਨੁਕਸਾਨ ਕੋਈ ਨਹੀਂ, ਫਾਇਦਾ ਹੀ ਹੋਊਗਾ, ਫਾਇਦਾ ਹੀ ਹੋਊਗਾ। ਬਾ ਇਹੀ ਮੇਰੀ ਹੱਥ ਜੋੜ ਕੇ ਬੇਨਤੀ ਇਹ ਆ, ਮੈਨੂੰ ਇਹ ਨਹੀਂ ਮੈਂ ਕਹਿੰਦਾ ਵੀ ਬਾਈ ਮੈਂ ਸੇਲ ਕਰਨਾ ਮੈਥੋਂ ਖਰੀਦੋ, ਬਾ ਵੀਰ ਬਣ ਕੇ ਇਹ ਬੇਨਤੀ ਆ ਵੀ ਯਾਰ ਇੱਦਾਂ ਦੀਆਂ ਚੀਜ਼ਾਂ ਨੂੰ ਪਿਆਰ ਕਰੋ, ਪਿਆਰ ਕਰੋ, ਇੱਦਾਂ ਦੀਆਂ ਚੀਜ਼ਾਂ ਬਣਾਉਣ ਵਾਲੇ ਬੰਦੇ ਦੀ ਸਪੋਰਟ ਕਰੋ, ਠੀਕ ਹੈ ਨਾ, ਤਾਂ ਯਾਨੀ ਕਿ ਵੀ ਐਪਰੀਸ਼ੀਏਟ ਕਰੋ ਤਾਂ ਕਿ ਅਸੀਂ ਹੋਰ ਅੱਗੇ ਹੋਰ ਵੱਧ ਸਕੀਏ, ਠੀਕ ਹੈ। ਤੇ ਬਾਈ ਦੇ ਨਾਲ ਕਈ ਵਾਰ ਜਿਵੇਂ ਕਹਿੰਦੇ ਚਲੋ ਬਾਈ ਨੇ ਤਾਂ ਇਹ ਚੀਜ਼ ਕੰਮ ਕਰਿਆ, ਤੁਸੀਂ ਐਂ ਨਹੀਂ ਪਤਾ ਕਿਹੜੀ ਜਗ੍ਹਾ ਤੋਂ ਆਪਣੀ ਵੀਡੀਓ ਦੇਖ ਰਹੇ ਹੋ, ਹਾਂ ਠੀਕ ਹੈ, ਤੁਹਾਨੂੰ ਵੀ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਕਿ ਹਾਂ ਬਾਈ ਯਾਰ ਆਪਾਂ ਵੀ ਇਦਾਂ ਦਾ ਕੰਮ ਸ਼ੁਰੂ ਕਰੀਏ ਨਾ, ਤਾਂ ਕਰਕੇ ਬਿਲਕੁਲ ਦੇਸੀ ਦੇ ਵਿੱਚ ਇੱਕ ਮੰਨ ਲਾ ਵੀ ਮੰਜੇ ਦੇ ਉੱਪਰ ਸਮਾਨ ਰੱਖ ਰਿਹਾ, ਸਿੱਧੀ ਜੀ ਗੱਲ ਆ ਯਾਰ, ਦੇਸੀ ਪ੍ਰੋਡਕਟ ਹੈ, ਦੇਸੀ ਚੀਜ਼ਾਂ ਨੇ, ਦੇਸੀ ਬੰਦੇ, ਉਹ ਨਹੀਂ ਹੈਗਾ ਹਾਈ ਫਾਈ ਵਾਲਾ ਸਿਸਟਮ, ਕੋਈ ਹਾਈ ਫਾਈ ਵਾਲਾ, ਬਸ ਇੰਨੀ ਜ਼ਰੂਰ ਹੈ ਵੀ ਰਿਐਲਿਟੀ ਆ ਜੋ ਹੈਗੀ ਆ ਤੁਹਾਡੇ ਸਾਹਮਣੇ ਵੀ ਆ ਜੋ ਸੱਚਾਈ ਆ। ਲਓ ਵੀ ਮਿੱਤਰੋ ਵੀਡੀਓ ਜੇ ਘੈਂਟ ਲੱਗੀ ਤਾਂ ਸ਼ੇਅਰ ਕਰਨਾ ਹੁਣ ਤੁਹਾਡੀ ਜ਼ਿੰਮੇਵਾਰੀ ਆ,
ਠੀਕ ਹੈ। ਬਾਕੀ ਨੰਬਰ ਚੱਲ ਰਿਹਾ ਜੇ ਕਿਸੇ ਮੇਰੇ ਵੀਰ ਨੇ ਮੰਗਵਾਉਣਾ ਜਾਂ ਕੰਮ ਤੋਰਨਾ, ਠੀਕ ਹੈ। ਸਾਬਣ ਬਾਈ ਜੀ ਸਾਰੇ ਕਿਤੇ ਸਪਲਾਈ ਕਰ ਦਿਆਂਗੇ, ਠੀਕ ਹੈ। ਅਗਰ ਕਿਸੇ ਵੀ ਸੱਜਣ ਨੂੰ ਸਾਬਣ ਚਾਹੀਦੀ ਹੋਈ ਤਾਂ ਅਸੀਂ ਤੁਹਾਨੂੰ ਜਿਵੇਂ ਮਰਜ਼ੀ ਡਿਲੀਵਰ ਕਰੀਏ ਤਾਂ ਉਹ ਡਿਲੀਵਰ ਕਰਾਂਗੇ। ਕੋਰੀਅਰ ਲਾ ਲਓ, ਬਾਏ ਹੈਂਡ ਲਾ ਲਓ, ਜਿੰਨਾ ਏਰੀਏ ਦੇ ਵਾਈਜ਼ ਹੋਊਗਾ ਜੋ ਵੀ ਹੋਊਗਾ ਅਸੀਂ ਡਿਲੀਵਰ ਕਰਾਂਗੇ। ਅਗਰ ਕਿਸੇ ਦੁਕਾਨ ਵਾਲੇ ਭਰਾ ਨੇ ਕੰਮ ਤੋਰਨਾ ਹੋਵੇ, ਜਿਹੜੀਆਂ ਲੇਡੀਜ਼ ਭੈਣਾਂ ਨੇ ਜਾਂ ਮਤਲਬ ਵੀ ਘਰਾਂ ਦੇ ਵਿੱਚ ਵਿਆਹੀਆਂ ਜਾਂਦੀਆਂ, ਉਹ ਘਰੇ ਬੈਠ ਕੇ ਕੋਈ ਕੰਮ ਕਰਨਾ ਚਾਹੁੰਦੀਆਂ ਨੇ ਤਾਂ ਉਹ ਸਾਡੀ ਸਾਬਣ ਤੋਂ ਰੁਜ਼ਗਾਰ ਵੀ ਪ੍ਰਾਪਤ ਕਰ ਸਕਦੀਆਂ ਨੇ। ਲਓ ਜੀ, ਹਾਂਜੀ, ਜਿਨ੍ਹਾਂ ਨੇ ਲੈਣਾ ਭਾਵੇਂ ਜਿਨ੍ਹਾਂ ਨੇ ਰੁਜ਼ਗਾਰ ਸ਼ੁਰੂ ਕਰਨਾ ਤਾਂ ਬਾਈ ਨਾਲ ਦਿੱਤੇ ਨੰਬਰ 'ਤੇ ਜ਼ਰੂਰ ਕੰਟੈਕਟ ਕਰ ਲਓ ਵੀਰੇ। ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ।